ਜਦ ਪੇਪਰ ਦੇ ਕੇ ਘਰ ਵਾਪਸ ਆਉਂਦਾ ਹੈ, ਐਗਜ਼ਾਮ ਦੇ ਕੇ ਵਾਪਸ ਆਉਂਦਾ ਹੈ, ਉਸਦੇ ਮਾਤਾ ਪਿਤਾ ਦਾ ਪਹਿਲਾ ਸਵਾਲ ਹੁੰਦਾ ਹੈ, ਪੇਪਰ ਕਿਵੇਂ ਦਾ ਹੋਇਆ, ਐਗਜ਼ਾਮ ਕਿਵੇਂ ਦਾ ਹੋਇਆ। ਉਹ ਬੱਚਾ ਦੱਸ ਦਿੰਦਾ ਹੈ, ਵਧੀਆ ਹੋਇਆ, ਮਾੜਾ ਹੋਇਆ, ਚੰਗਾ ਹੋਇਆ, ਠੀਕ ਹੋਇਆ। ਰੇਅਰੈਸਟ ਆਫ ਦੀ ਰੇਅਰ ਕੇਸਿਸ ਦੇ ਵਿੱਚ, ਬਹੁਤ ਘੱਟ ਐਸੇ ਕੇਸਿਸ ਹੁੰਦੇ ਨੇ ਜਿਸ ਵਿੱਚ ਉਹ ਬੱਚਾ ਆ ਕੇ ਕਹਿੰਦਾ ਹੈ, ਅੱਜ ਤਾਂ ਪੇਪਰ ਆਊਟ ਆਫ ਸਿਲੇਬਸ ਆ ਗਿਆ, ਅੱਜ ਤਾਂ ਐਗਜ਼ਾਮ ਆਊਟ ਆਫ ਸਿਲੇਬਸ ਆ ਗਿਆ, ਜੋ ਪੜ੍ਹਾਇਆ ਗਿਆ ਸੀ ਉਸ ਵਿੱਚੋਂ ਤਾਂ ਆਇਆ ਹੀ ਨਹੀਂ। ਸ਼ਾਇਦ ਸਾਧ ਸੰਗਤ ਕੁਝ ਸਮਾਂ ਨਿਰੰਕਾਰੀ ਮਿਸ਼ਨ ਤੇ ਪਿੱਛੇ ਜੇ ਐਸਾ ਵੀ ਆਇਆ ਜਿਸ ਵਿੱਚ ਇਸ ਤਰ੍ਹਾਂ ਲੱਗਾ ਸ਼ਾਇਦ ਪੇਪਰ ਆਊਟ ਆਫ ਸਿਲੇਬਸ ਆ ਗਿਆ ਹੈ। ਜਿਵੇਂ ਸਟੂਡੈਂਟ ਆਪਣੀ ਟੀਚਰ ਨਾਲ ਗਿਲਾ ਕਰਦਾ, ਇਹ ਤਾਂ ਪੜ੍ਹਾਇਆ ਹੀ ਨਹੀਂ ਸੀ, ਇਹ ਤਾਂ ਆਉਣਾ ਹੀ ਨਹੀਂ ਸੀ, ਇਹ ਕਿਵੇਂ ਆ ਗਿਆ, ਉਵੇਂ ਅਸੀਂ ਵੀ ਸਾਰਿਆਂ ਨੇ ਆਪਣੇ ਟੀਚਰ ਦੇ ਨਾਲ ਗਿਲਾ ਕੀਤਾ, ਇਹ ਤਾਂ ਆਉਣਾ ਹੀ ਨਹੀਂ ਸੀ, ਇਹ ਕਿਵੇਂ ਆ ਗਿਆ। ਪਰ ਫਿਰ ਸਾਧ ਸੰਗਤ ਉਹ ਟੀਚਰ ਬੱਚੇ ਨੂੰ ਸਮਝਾਉਂਦਾ ਹੈ, ਕਹਿੰਦਾ ਕਿਉਂ ਪਰੇਸ਼ਾਨ ਹੋ ਰਿਹਾ ਹੈ, ਮੈਂ ਤੈਨੂੰ ਪੜ੍ਹਾਇਆ ਸੀ, ਇਹ ਵੇਖ ਇਹ ਸਵਾਲ ਇੱਥੋਂ ਆਇਆ ਹੈ, ਇਹ ਸਵਾਲ ਇੱਥੋਂ ਆਇਆ ਹੈ। ਉਸੇ ਤਰ੍ਹਾਂ ਬਾਬਾ ਜੀ ਦੀਆਂ ਵੀ ਉਹ ਗੱਲਾਂ ਸਾਰੀਆਂ ਯਾਦ ਆਈਆਂ, ਮੈਂ ਤਾਂ ਤੈਨੂੰ ਪੜ੍ਹਾਇਆ ਸੀ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਮੈਂ ਤਾਂ ਤੈਨੂੰ ਕਿਹਾ ਕਰਦਾ ਸੀ ਇਸ ਨਿਰੰਕਾਰ ਪਰਮਾਤਮਾ ਦਾ ਆਸਰਾ ਲੈਣਾ ਹੈ, ਮੈਂ ਤਾਂ ਤੈਨੂੰ ਹਰ ਬੰਧਨ ਤੋਂ ਮੁਕਤ ਕਰਕੇ ਇਸ ਨਿਰੰਕਾਰ ਪਰਮਾਤਮਾ ਨਾਲ ਜੋੜਿਆ ਸੀ, ਮੈਂ ਤਾਂ ਹਮੇਸ਼ਾ ਤੋਂ ਇਸੇ ਨਾਲ ਜੋੜਦਾ ਆਇਆ, ਹਮੇਸ਼ਾ ਤੋਂ ਇਸੇ ਨਾਲ ਜੋੜਿਆ ਸੀ। ਸਤਿਗੁਰੂ ਬਾਬਾ ਦੇਵ ਸਿੰਘ ਜੀ ਮਹਾਰਾਜ ਹਰ ਰੂਪ ਦੇ ਵਿੱਚ ਸਮਰੱਥ ਸਨ। ਧਾਰਮਿਕ ਬਾਣੀਆਂ ਪੜ੍ਹ ਕੇ ਵੇਖੋ, ਗੁਰੂ ਕੌਣ ਹੁੰਦਾ ਹੈ, ਕਹਿੰਦੇ ਸਤਿਗੁਰੂ ਕੌਣ ਹੁੰਦਾ ਹੈ, ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ, ਇਹ ਆਪ ਨਰਾਇਣ ਹੈ, ਆਪ ਪਰਮਾਤਮਾ ਹੈ, ਖੁਦ ਨਿਰੰਕਾਰ ਹੈ, ਜਿਸ ਦੀ ਕੋਈ ਹੱਦ ਨਹੀਂ ਹੈ, ਕੋਈ ਸੀਮਾ ਨਹੀਂ ਹੈ, ਪਰ ਆਪਣੇ ਆਪ ਨੂੰ ਸੀਮਾ ਵਿੱਚ ਲਿਆ ਕੇ, ਮਰਿਆਦਾ ਵਿੱਚ ਲਿਆ ਕੇ, ਕਲਾ ਧਾਰ ਜਗਮੈ ਪਰਵਰਿਓ, ਫਿਰ ਸੰਸਾਰ ਦੇ ਵਿੱਚ ਆਉਂਦਾ ਹੈ, ਫਿਰ ਸੰਸਾਰ ਦੇ ਵਿੱਚ ਆ ਕੇ ਹਰ ਇੱਕ ਨੂੰ ਮੁਕਤ ਕਰਦਾ ਹੈ, ਹਰ ਇੱਕ ਨੂੰ ਇਹ ਗਿਆਨ ਦੇ ਕੇ ਮੁਕਤ ਕਰਦਾ ਹੈ। 13 ਮਈ ਨੂੰ ਸਤ ਸੰਗਤ ਕੈਨੇਡਾ ਦੀ ਧਰਤੀ ਤੇ ਉਹ ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ ਤਾਂ ਉੱਥੇ ਦਾ ਉੱਥੇ ਹੀ ਰਿਹਾ, ਸਿਰਫ ਤੇ ਸਿਰਫ ਫਰਕ ਇੰਨਾ ਪਿਆ ਉਸ ਕਲਾ ਨੂੰ ਛੱਡ ਦਿੱਤਾ ਗਿਆ, ਉਹੀ ਕਲਾ ਨੂੰ ਛੱਡ ਕੇ ਫਿਰ ਉਹ ਆਪ ਨਾਰਾਇਣ ਇੱਕ ਦੂਸਰੇ ਰੂਪ ਦੇ ਵਿੱਚ ਪ੍ਰਗਟ ਹੋ ਗਿਆ। ਤਾਂ ਹੀ ਸ਼ਹਿਨਸ਼ਾਹ ਜੀ ਲਿਖਦੇ ਨੇ, ਸਤਯੁਗ ਅੰਦਰ ਇਸੇ ਨੇ ਹੀ ਆਪ ਪ੍ਰਹਲਾਦ ਬਚਾਇਆ ਸੀ, ਤ੍ਰੇਤਾ ਦੇ ਵਿੱਚ ਮਾਰ ਕੇ ਰਾਵਣ, ਦੁਆਪਰ ਕ੍ਰਿਸ਼ਨ ਸਦਾਇਆ ਸੀ, ਕਲਯੁਗ ਅੰਦਰ ਇਸੇ ਨੇ ਹੀ ਨਾਨਕ ਨਾਮ ਰਖਾਇਆ ਸੀ, ਰੂਪ ਬਦਲ ਕੇ ਇਸੇ ਨੇ ਹੀ ਬੂਟਾ ਗਿਆਨ ਦਲਾਇਆ ਸੀ, ਆਦ ਤੋਂ ਹੈ ਇਹ ਆਪੇ ਇੱਕੋ, ਜਿਸ ਨੂੰ ਜਗ ਨੰਕਾਰ ਕਹੇ, ਗਿਆਨ ਗੁਰੂ ਦਾ ਹੈ ਰੱਬ ਆਪੇ, ਬਾਰ ਬਾਰ ਅਵਤਾਰ ਕਹੇ, ਬਾਰ ਬਾਰ ਅਵਤਾਰ ਕਰੇ, ਇਹੀ ਨਿਰੰਕਾਰ ਹੈ। ਇਸ ਨਿਰੰਕਾਰ ਪਰਮਾਤਮਾ ਨਾਲ ਜੋੜ ਕੇ ਸਾਰੇ ਬੰਧਨਾਂ ਤੋਂ ਖਤਮ ਕੀਤਾ ਜਾ ਰਿਹਾ ਹੈ, ਮੁਕਤ ਕੀਤਾ ਜਾ ਰਿਹਾ ਹੈ, ਮੁਕਤੀ ਦਵਾਈ ਜਾ ਰਹੀ ਹੈ। ਦਾਸ ਸਾਧ ਸੰਗਤ ਹੁਣੇ ਹੀ ਐਂਟਰ ਹੋ ਰਿਹਾ ਸੀ, ਬਾਬਾ ਜੀ ਦੀਆਂ ਕੁਝ ਕੋਟੇਸ਼ਨਸ ਬਾਹਰ ਲੱਗੀਆਂ ਸਨ, ਉਹਨਾਂ ਕੋਟੇਸ਼ਨਸ ਦੇ ਵਿੱਚੋਂ ਇੱਕ ਕੋਟੇਸ਼ਨ ਐਸੀ ਵੀ ਸੀ ਜਿਸ ਵਿੱਚ ਬਾਬਾ ਜੀ ਨੇ ਕਿਹਾ ਕਿ ਆਜ਼ਾਦੀ ਤਾਂ ਮਿਲ ਗਈ ਹੈ, ਸੁਤੰਤਰਤਾ ਤਾਂ ਮਿਲ ਗਈ ਹੈ, ਪਰ ਉਹ ਇੱਕ ਮਰਿਆਦਾ ਦੇ ਵਿੱਚ ਹੈ, ਇਹ ਨਹੀਂ ਹੈ ਕਿ ਜੋ ਮਰਜ਼ੀ ਕਰੀ ਜਾਓ, ਮਰਿਆਦਾ ਵਿੱਚ ਹੈ। ਦਸ ਪੁਰਾਣੀਆਂ ਵਿਚਾਰਾਂ ਬਾਬਾ ਜੀ ਦੀਆਂ 1990s ਦੀ ਪੜ੍ਹ ਰਿਹਾ, ਪਾਤਸ਼ਾਹ ਨੇ ਫਰਮਾਇਆ, ਕਹਿੰਦੇ ਨਦੀ ਨੂੰ ਆਜ਼ਾਦੀ ਹੈ, ਉਹ ਜਿੱਧਰ ਮਰਜ਼ੀ ਵਹਿ ਸਕਦੀ ਹੈ, ਜਿੱਧਰ ਮਰਜ਼ੀ ਜਾ ਸਕਦੀ ਹੈ, ਪਰ ਅਗਰ ਉਹ ਆਪਣੇ ਦੋਨੋਂ ਕਿਨਾਰਿਆਂ ਤੋਂ ਬਾਹਰ ਆ ਜਾਏਗੀ ਤਾਂ ਹਾੜ ਆ ਜਾਣਗੇ, ਉਸਨੂੰ ਬਾਹਰ ਆਉਣ ਦੀ ਆਜ਼ਾਦੀ ਨਹੀਂ ਹੈ। ਬਾਬਾ ਜੀ ਨੇ ਕਿਹਾ ਹੱਥ ਨੂੰ ਮੁੱਠੀ ਬੰਦ ਕਰਕੇ ਉਸਨੂੰ ਗੋਲ ਘੁਮਾਉਣ ਦੀ ਆਜ਼ਾਦੀ ਹੈ, ਪਰ ਸਿਰਫ ਓਨਾ ਚਿਰ ਤੱਕ ਆਜ਼ਾਦੀ ਹੈ ਜਿੰਨਾ ਚਿਰ ਤੱਕ ਇਸ ਹੱਥ ਦੇ ਅੱਗੇ ਕੋਈ ਮੂੰਹ ਨਹੀਂ ਆ ਜਾਂਦਾ, ਅਗਰ ਇਸ ਹੱਥ ਦੇ ਅੱਗੇ ਕੋਈ ਚਿਹਰਾ ਆ ਜਾਏਗਾ ਤਾਂ ਫਿਰ ਆਜ਼ਾਦੀ ਨਹੀਂ ਹੈ, ਫਿਰ ਘੁਮਾ ਨਹੀਂ ਸਕਦੇ। ਮੁਕਤੀ ਹੈ ਪਰ ਇੱਕ ਸੀਮਾ ਦੇ ਵਿੱਚ ਰਹਿ ਕੇ, ਇੱਕ ਮਰਿਆਦਾ ਦੇ ਵਿੱਚ ਰਹਿ ਕੇ ਮੁਕਤ ਕੀਤਾ ਜਾਂਦਾ ਹੈ। ਸਤਿਗੁਰੂ ਵੱਲੋਂ ਇਹ ਗਿਆਨ ਦਿੱਤਾ ਜਾਂਦਾ ਹੈ, ਇਸ ਆਤਮਾ ਨੂੰ ਸਮਝਾਇਆ ਜਾਂਦਾ ਹੈ, ਤੂੰ ਇਸ ਨਿਰੰਕਾਰ ਪਰਮਾਤਮਾ ਦੀ ਜੋਤ ਹੈ, ਤੂੰ ਇਸ ਨਿਰੰਕਾਰ ਪਰਮਾਤਮਾ ਵਾਂਗ ਵਿਸ਼ਾਲ ਹੈ, ਤੇਰਾ ਇਸ ਪਰਮਾਤਮਾ ਵਾਂਗ ਕੋਈ ਸਰੂਪ ਨਹੀਂ ਹੈ, ਇਸ ਪਰਮਾਤਮਾ ਵਾਂਗ ਤੂੰ ਵੀ ਨਿਰੰਕਾਰ ਹੈ। ਸਵਾਮੀ ਰਾਮਕ੍ਰਿਸ਼ਨ ਪਰਮਹੰਸ ਜੀ
स्वामी विवेकानंद जी दे गुरु आखरी समा आया डॉक्टरां ने आके जवाब दे दिता। ये सुन के पत्नी रोन लग पई। जब पत्नी रोई तो स्वामी रामकृष्ण परमहंस जी कह रहे ने कहिंदे रो ना, ये डॉक्टर जिस दी गल कर रहे ने ओ मेरे कपड़े ने, मेरे कपड़े मर रहे ने, मैं नहीं मरिया, मैं तो हमेशा इसे तरह ही रवांगा। इतिहास गवाह है उस औरत ने अपनी सारी जिंदगी दे विच कदी विधवा दा रूप धारण नहीं किया, हमेशा उसे तरह ही सजदी सवरदी। लोग समझाया करदे तेरा पति मर गया है, सज्जिया ना कर सवरिया ना कर। वो लोगों को क्या करती सी, तुसी दसो मैं तुहाडी मन्ना के मैं अपने पति दी मन्ना, मेरा पति कह गया सी मैं नहीं मरिया, मेरे कपड़े मर रहे ने, मैं विआह अपने पति नाल कीता सी, उसके कपड़िया नाल नहीं सी कीता, उसके कपड़िया नाल नहीं सी कीता। इस रूप दे विच सत्संगत जद विशाल स्वरूप विखाया जांदा है अपना, जरा सोच के वेखो सत्संगत किन्नी हैरानी वाली गल लगती है। अगर किसी इंसान ने नवे कपड़े पाए होण तां असीं उसनूं ये नहीं कहिंदे तू नवा है, असीं उसनूं कहिंदे आ तेरे कपड़े नवे है। अगर उही इंसान ने पुराने कपड़े पाए होण तां असीं उसनूं ये नहीं कहिंदे तू पुराना है, असीं उसनूं कहिंदे आ तेरे कपड़े पुराने ने। पता नहीं क्यों इंसान एक बुजुर्ग नूं वेख के कह दिंदा है तू बुढ़ा है, कहना तां ते चाहीदा है तेरा शरीर बुढ़ा है। एक जवान नूं वेख के असीं कह दिंदे आ तू जवान है, कहना तां चाहीदा है तेरा शरीर जवान है, तू तां ज्यों दा त्यों ही है, जिवें तू आया सी तू अज भी उसे तरह ही है, तू उसे तरह ही रहेगा, तू उसे तरह ही रहेगा। इस रूप दे विच सत्संगत सतगुरु आके मुक्त करता है, मुक्त करता है क्योंकि आप मुक्त हुंदा है, आप इसने मुक्ति प्राप्त कीती हुंदी, मुक्ति दा दाता हुंदा है, खुद निरंकार हुंदा है, इसलिए सत्संगत खुद भी मुक्त करता है। रब्बी बाणी पढ़ के वेखो तो सत्संगत सतगुरु बारे बहुत कुछ लिखिया मिलता है। कहिंदे गुरु सतगुरु कौन हुंदा है, कहिंदे सतगुरु अपार अपार हुंदा है, सतगुरु वडभागी दर्शन होए, वडभागियां नूं इसदे दर्शन हुंदे ने। सिख इतिहास दस सत्संगत सिर्फ यही गल सुना के आप तो खेमा लेगा। सिख इतिहास दे विच जिक्र आंदा है भाई मंगलू, पुराना इतिहास, छेवीं पातशाही दा समा, श्री गुरु हर राय जी महाराज, छेवीं पातशाही दा समा, श्री गुरु हर गोबिंद साहिब जी महाराज दा समा। कहिंदे उस समय दे विच भाई मंगलू दे शरीर ते इन्ने जख्म होए जद युद्ध खत्म होया ता पातशाह ने आके उसनु अपनी गोद विच ले लिया, अपनी गोद विच बिठा के पातशाह भाई मंगलू नु पुछदे ने मंग की मंगना है, मैं तेरे ते टुट पिया है, जो तेरा मन आंदा है मंग लै। ता सतसंगत भाई मंगलू की कहिंदा है, कहिंदा पातशाह जिसनु तुहाडी गोद मिल जावे ओ होर की मंगेगा, मैं होर की मंगना, मैं तुहाडी गोद विच बैठा है। पातशाह कहिंदे नहीं मंग लै, अज मैं तेरे तो टुट पिया है, जो तेरा मन आंदा है मंग लै। फिर सतसंगत मंगन लगा, कहिंदा पातशाह कृपा करो जद मैं शरीर छड्डा मैं इसे तरह तुहाडी गोद दे विच लेटिया होवां। ये सुन के पातशाह चुप हो गए छेवीं पातशाही। वो गुरसिख कहिंदा पातशाह की होया, पहला तो कह रहे सी मंग लै हुण तुसी चुप के हो गए हो। ता सतसंगत पता पातशाह की कहिंदे ने, कहिंदे भाई मंगलू मैं चुप इस लई हो गया है, मैनू पता नहीं तू पहला जाना है कि मैं पहला चले जाना है। उस वेले गुरसिख दा विश्वास, कहिंदे पातशाह तुसी चले जाओगे, मेरा गुरु किते नहीं जाएगा, मेरा गुरु कदी नहीं जा सकता, वो तो हमेशा रहने वाला है, तुसी जा सकते हो गुरु नहीं जा सकता। तब खुश होके पातशाह कहन लगे जा फिर इसे तरह ही होएगा, जद तू शरीर छड़ेगा मैं इसे तरह तेनू अपनी गोद विच रखांगा, अपनी गोद विच। ओही सतसंगत समा बदलिया, हैरानी वाली गल सतसंगत, विश्वास करन वाली गल है, जरा ध्यान नाल सुन लवो। छेवीं पातशाही दे समय दे वरदान मंगिया, छेवीं पातशाही चले गए, चोला बदल लिया, सतवीं पातशाही दा समा आ गया, कुछ समय बाद उन्होंने भी चोला बदल लिया, अठवीं पातशाही दा समा आ गया, उन्हां तो बाद कुछ साल ही हो रहे नौवीं पातशाही दा समा आ गया। श्री गुरु तेग बहादुर जी महाराज नौवीं पातशाही दे समय ते
ਭਾਈ ਮੰਗਲੂ ਆਖਰੀ ਸਾਹ ਲੈ ਰਿਹਾ ਹੈ, ਆਪਣੇ ਘਰਦਿਆਂ ਨੂੰ ਕਹਿ ਰਿਹਾ ਦਰਵਾਜ਼ਾ ਖੋਲ ਦਿਓ, ਮੇਰਾ ਗੁਰੂ ਆ ਰਿਹਾ ਹੈ। ਉਹ ਲੋਕ ਕਹਿਣ ਕਿਉਂ ਦਰਵਾਜ਼ਾ ਖੋਲੀਏ, ਜੰਗਲ ਦੇ ਵਿੱਚ ਘਰ ਹੈ, ਕਿੱਥੋਂ ਗੁਰੂ ਆਏਗਾ। ਇਹ ਐਵੇਂ ਕਹਿ ਰਿਹਾ ਹੈ, ਤੱਲੇ ਮਾਰ ਰਿਹਾ ਹੈ, ਖੋਲ ਦਿਓ ਦਰਵਾਜ਼ਾ, ਮੇਰਾ ਗੁਰੂ ਆਏਗਾ। ਦਰਵਾਜ਼ਾ ਖੋਲਿਆ, ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿੰਨ ਪੀੜੀਆਂ ਬਦਲਣ ਤੋਂ ਬਾਅਦ ਆ ਕੇ ਉਸਨੂੰ ਉਸੇ ਤਰ੍ਹਾਂ ਹੀ ਗੋਦ ਵਿੱਚ ਲਿਆ, ਉਸੇ ਤਰ੍ਹਾਂ ਹੀ ਗੋਦ ਵਿੱਚ ਲੈ ਕੇ ਪਿਆਰ ਦਿੱਤਾ। ਉਸ ਗੋਦ ਦੇ ਵਿੱਚ ਹੀ ਉਸਨੇ ਸਰੀਰ ਛੱਡਿਆ। ਆਓ ਸਤਸੰਗਤ, ਸਤਿਗੁਰੂ ਹਮੇਸ਼ਾ ਉਸੇ ਤਰ੍ਹਾਂ ਹੀ ਉਸੇ ਸ਼ਕਤੀਆਂ ਦੇ ਨਾਲ, ਉਸੇ ਤਾਕਤਾਂ ਦੇ ਨਾਲ ਸਿਰਫ ਤੇ ਸਿਰਫ ਚੋਲਾ ਬਦਲ ਕੇ ਆਉਂਦਾ ਹੈ, ਮੁਕਤ ਕਰਨ ਆਉਂਦਾ ਹੈ, ਸੰਸਾਰ ਨੂੰ ਮੁਕਤੀ ਦੇਣ ਆਉਂਦਾ ਹੈ। ਅੱਜ ਸਤਸੰਗਤ ਸਮਾਂ ਸਤਿਗੁਰੂ ਮਾਤਾ ਜੀ ਦਾ ਆ ਗਿਆ ਹੈ। ਇਸ ਸਮੇਂ ਦੇ ਵਿੱਚ ਸਤਸੰਗਤ ਦਾਸ ਉਹੀ ਸਟੂਡੈਂਟ ਦੀ ਗੱਲ, ਅਗਰ ਸਤਸੰਗਤ ਬੜੇ ਮਹਾਂਪੁਰਸ਼ਾਂ ਨੇ ਇਸ ਰੂਪ ਦੇ ਵਿੱਚ ਵੀ ਭਾਵ ਰੱਖੇ ਕਿ ਸ਼ਾਇਦ ਸਾਡੇ ਕੋਲੋਂ ਬੜੀਆਂ ਗਲਤੀਆਂ ਹੋ ਗਈਆਂ ਸੀ ਜੋ ਬਾਬਾ ਜੀ ਚਲੇ ਗਏ, ਦਾਸ ਸਤਸੰਗਤ ਉਸ ਗੱਲ ਨੂੰ ਨਾ ਵੀ ਛੇੜੇ, ਤਾਂ ਦਾਸ ਤੇ ਇਹ ਕਹੇਗਾ ਕਿ ਅਗਰ ਫੇਲ ਤਾਂ ਅਸੀਂ ਸਾਰੇ ਹੀ ਹੋ ਰਹੇ ਸੀ, ਪਰ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਸਾਨੂੰ ਫੇਲ ਨਾ ਕਰਕੇ ਗ੍ਰੇਸ ਮਾਰਕਸ ਦੇ ਕੇ। ਗ੍ਰੇਸ ਮਾਰਕਸ ਮਿਲਦੇ ਨੇ ਨਾ, ਉਹ ਮੈਮ ਕਹਿ ਦਿੰਦੇ ਨੇ, ਟੀਚਰ ਕਹਿ ਦਿੰਦੇ ਨੇ, ਤੂੰ ਫੇਲ ਹੋ ਰਿਹਾ ਸੀ, ਤੈਨੂੰ ਮੈਂ 2-3 ਨੰਬਰ ਆਪਣੇ ਵੱਲੋਂ ਦੇ ਰਿਹਾ। ਗ੍ਰੇਸ ਮਾਰਕਸ ਦੇ ਕੇ ਸਾਨੂੰ ਪਾਸ ਕਰ ਦਿੱਤਾ ਹੈ, ਪਾਸ ਕੀਤਾ ਹੈ ਤਾਂ ਸਤਿਗੁਰੂ ਮਾਤਾ ਜੀ ਮਿਲੇ ਨੇ। ਅਗਰ ਫੇਲ ਹੁੰਦੇ ਤਾਂ ਸਾਧ ਸੰਗਤ ਇਹ ਨਾ ਮਿਲਦੇ, ਇਹ ਮਿਲ ਗਏ ਨੇ, ਸਾਨੂੰ ਸਤਿਗੁਰੂ ਨੇ ਪਾਸ ਕਰ ਦਿੱਤਾ ਹੈ। ਪਰ ਫਿਰ ਵੀ ਟੀਚਰ ਸਮਝਾਉਂਦਾ ਹੈ, ਕਹਿੰਦਾ ਮੈਂ ਤੈਨੂੰ ਗ੍ਰੇਸ ਮਾਰਕਸ ਤਾਂ ਦੇ ਰਿਹਾ ਹੈ, ਪਰ ਧਿਆਨ ਰੱਖੀ ਅਗਲੀ ਕਲਾਸ 'ਚ ਜਾ ਕੇ ਗਲਤੀਆਂ ਨਾ ਕਰੀ, ਅਗਲੀ ਕਲਾਸ 'ਚ ਜਾ ਕੇ ਦੁਹਰਾਈ ਨਾ। ਇਹੀ ਅਰਦਾਸ ਸਤਿਗੁਰੂ ਮਾਤਾ ਜੀ ਦੇ ਚਰਨਾਂ ਦੇ ਵਿੱਚ ਸਾਰੇ ਪਰਿਵਾਰ ਦੇ ਲਈ, ਸੱਚੇ ਪਾਤਸ਼ਾਹ ਕਿਰਪਾ ਕਰੋ, ਪੁਰਾਣੀਆਂ ਭੁੱਲਾਂ ਬਖਸ਼ ਕੇ, ਕਿਰਪਾ ਕਰੋ ਕਿ ਹੁਣ ਭੁੱਲਾਂ ਕਰੀਏ ਹੀ ਨਾ, ਕਿਰਪਾ ਕਰੋ ਹੁਣ ਗਲਤੀਆਂ ਕਰੀਏ ਹੀ ਨਾ, ਜਿਵੇਂ ਆਪ ਜੀ ਦਾ ਬਚਨ ਆਉਂਦਾ ਉਵੇਂ ਚੱਲਦੇ ਜਾਈਏ। ਸਤਿਸੰਗਤ ਜੀ ਪਿਆਰ ਸੇ ਬੋਲੀਏ।